ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬਾਦਸ਼ਾਹਪੁਰ ਮੰਡਿਆਲਾ, ਤਹਿਸੀਲ ਤੇ ਜ਼ਿਲ੍ਹਾ ਬਾਈ ਦਾ ਹੈਗਾ ਮਰੇਲਕੋਟਲਾ। ਝੋਟੀਆਂ ਦੋ ਦਿਖਾਵਾਂਗੇ ਤੇ ਦਿਖਾਵਾਂਗੇ ਚੰਗੇ ਰਿਕਾਰਡ ਵਾਲੀਆਂ। ਬੰਦੇ ਘਰੇਲੂ ਨੇ, ਕੋਈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨਹੀਂ। ਡਿਟੇਲ ਕੱਲੀ ਕੱਲੀ ਦੀ ਪੁੱਛ ਲੂੰਗਾ ਤੇ ਬਾਈ ਨਾਲ ਗੱਲਬਾਤ ਕਰਾ ਦਾਂਗੇ, ਖੋਲ ਕੇ ਤੋਰ ਕੇ ਵੀ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਤਕਰੀਬਨ ਦੋਵਾਂ ਦਾ ਆਪਾਂ ਵੀਡੀਓ 'ਚ ਹੀ ਕਰਾ ਦਾਂਗੇ। ਆ ਜਾਓ ਬਾਈ, ਹੋਰ ਕੀ ਹਾਲ ਆ ਜੀ? ਵਧੀਆ ਵਧੀਆ ਵੀਰੇ, ਚੜ੍ਹਦੀ ਕਲਾ ਸਭ ਕੁਛ ਸ਼ੋਕਰਾ ਦਾ ਦੇਗਾ। ਨਾਮ ਤੇ ਐਡਰੈਸ ਦੱਸ ਦਿਓ। ਕੋਈ ਨਾਮ ਰਾਜਦੀਪ, ਪਿੰਡ ਮੰਡਿਆਲਾ, ਜ਼ਿਲ੍ਹਾ ਮਲੇਰਕੋਟਲਾ, ਤਹਿਸੀਲ ਵੀ ਮਲੇਰਕੋਟਲਾ। ਤਹਿਸੀਲ ਵੀ ਮਲੇਰਕੋਟਲਾ। ਇਹ ਘਰ ਦੀਆਂ ਝੋਟੀਆਂ ਬਾਈ? ਘਰ ਦੀਆਂ ਵੀਰੇ। ਕਿੰਨਾ? ਆ ਤਾਂ ਜਮਾ ਹੀ ਘਰ ਦੀ ਆ। ਠੀਕ ਹੈ, ਇਹ ਜਾਂਦੀ ਆਪਾਂ ਪਹਿਲਾਂ ਲੈ ਕੇ ਆਏ ਦੀ। ਇਹ ਪਹਿਲਾਂ ਲਿਆਏ ਤੇ ਉਹ ਘਰੀ ਤਿਆਰ ਕਰੀ? ਉਹ ਘਰੀ ਆ ਦੀ ਮਾਂ ਦਾ 24 ਕਿਲੋ ਦਾ ਰਿਕਾਰਡ ਆ। ਠੀਕ ਹੈ, HLD ਵੀ ਕਹਿਣ ਦਾ ਨਹੀਂ, HLD ਵਿੱਚ ਦਰਜ। ਹਾਂ, ਰਿਕਾਰਡ ਰਿਕੂਰਡ ਸਾਰੇ ਦੇ ਦਾਂਗੇ। ਨਾ, ਉਹ ਆਪਣੇ ਕੋਲ ਨਹੀਂ, ਅਗਲੇ ਕੋਲ ਨੇ। ਠੀਕ ਹੈ, ਗੱਲ ਮਾਂ ਆਪਣੇ, ਮੈਂ ਮਾਂ ਲੈ ਕੇ ਜੀ ਜਿਹੜੇ ਸੱਜਣ ਨਾਲ ਸੌਦਾ ਹੋ ਗਿਆ ਉਹਨੂੰ ਤਾਂ ਗੱਲ ਕਰਾ ਦਾਂਗੇ। ਹਾਂ ਹਾਂ, ਹਰਿਆਣੇ 'ਚ ਗੱਲ ਕਰਾ ਦਾਂਗੇ, ਗੱਲ ਕਰਾ ਦਾਂਗੇ। ਮਾਂ ਦੀ, ਹਾਂ, ਸ਼ੁਰੂ ਕਿਹੜੀ ਪਾਸੋਂ ਕਰੀਏ ਫਿਰ? ਜਿੱਧਰੋਂ ਮਰਜ਼ੀ ਕਰ ਲਓ, ਜਿੱਧਰੋਂ ਮਰਜ਼ੀ ਉਧਰੋਂ ਕਰ ਲਾ ਫਿਰ। 24 ਕਿਲੋ ਵਾਲੀ ਲੈ, ਬਿੱਲੇ ਮਾਰ ਦੇ ਕੈਮਰਾ, ਪਹਿਲਾਂ ਦੇ ਆਰਡਰ ਦੀ। ਇਹਦਾ ਦੂਜਾ ਸੀ ਉਹਦਾ 19 ਕਿਲੋ ਦਾ। ਠੀਕ ਹੈ ਗੱਲ, ਗਰੰਟੀ ਅਗਲਾ ਆਪਣੇ ਘਰ ਦੀ ਆ। ਠੀਕ ਹੈ ਗੱਲ, ਤਾਂ ਧੋਰ ਬਾਈ ਖੋਲ ਕੇ ਤੇ ਬਾਕੀ ਆਰਡਰ ਕੁਆਲਿਟੀ ਵੀ ਬਾ ਕਮਾਲ ਆ। ਬਾਕੀ ਜਿਹੜਾ ਇਹਨੂੰ ਥਣ ਲੱਗਿਆ, ਥਣ ਤਾਂ ਇਹਨੂੰ ਐਂ ਲੱਗਿਆ ਜਿਵੇਂ ਆਪਾਂ ਕਹਿ ਲਈਏ ਦੂਰਾ। ਇਸ ਵਾਰੀ ਕਿਹੜਾ ਸੂਆ ਬਾਈ? ਤੀਜੇ ਨੇ ਸੂਆ ਹੈਗਾ ਤੀਜਾ, ਤੇ ਜੇ ਵਪਾਰੀ ਕੋਲੇ ਹੁੰਦੀ ਉੱਥੇ ਦਾ ਦੂਜਾ ਸੂਈ ਰਹਿਣਾ ਦੀ ਇਹਨੇ। ਹਾਂ, ਤੇ ਜੇ ਬਾਡੀ ਦੀ ਗੱਲ ਕਰ ਲਈਏ, ਜਾਤ ਨਸਲ ਦੀ ਗੱਲ ਕਰ ਲਈਏ, 100 ਦਾ 100 ਆ ਇਹਨੂੰ ਚਲਾ ਦੇ ਬਾਈ ਲੰਬੀ ਜੀ, ਕਿਉਂਕਿ ਜਗ੍ਹਾ ਦਾ ਭਾਸ ਜ਼ਰੂਰ ਆ ਥੋੜਾ ਜਿਹਾ। ਬਾਕੀ ਕੁਆਲਿਟੀ ਦੀ ਗੱਲ ਕਰ ਲਈਏ, ਆਰਡਰ ਕੁਆਲਿਟੀ ਦੀ ਬਾਡੀ ਦੀ ਮੋੜ ਲਿਆ ਬਾਈ, ਮੋੜ ਲਿਆ ਬਾਡੀ ਵੀ ਲਾਜਵਾਬ ਆ ਤੇ ਆਰਡਰ ਕੁਆਲਿਟੀ ਵੀ ਉਹੀ ਗੱਲ ਆ। ਥੋੜਾ ਜਿਹਾ ਪਸ਼ੂ ਕਈ ਵਾਰੀ ਘਰੇਲੂ ਜਿਵੇਂ ਡਰ ਜਾਂਦਾ, ਇੱਥੋਂ ਆਰਡਰ ਦਿਖਾ ਦੀ ਬਿੱਲੇ ਨੇੜੇ ਲਾ ਕੇ ਅਗਲੇ ਬੰਨੇ ਜਦੋਂ ਆਊਗੀ, ਥੋੜਾ ਜਿਹਾ ਡਰ ਜਾਂਦਾ ਪਸ਼ੂ ਦਾ। ਧੋਰ ਦੇ ਬਾਈ ਇਹਨੂੰ। ਸੂਆ ਤੀਜਾ ਦਿਨ ਕਿੰਨੇ ਬਾਕੀ? ਤੀਜਾ ਦਿਨ ਵੀਰੇ 10 ਤਰੀਕ ਦੇ ਲਗਭਗ ਜਾ ਕੇ ਪੂਰੇ ਹੋਣਗੇ। ਤੇ ਹੁਣ ਦਿਖਾ ਦੀ ਬਿੱਲੇ ਪਛਾਣ ਤੋਂ 10 ਤਰੀਕ ਦੇ ਲਗਭਗ ਹਾਂ ਹਾਂ ਪੂਰੇ ਹੋਣਗੇ। ਅੱਜ ਕਿੰਨੀ ਤਰੀਕ ਹੋ ਗਈ? ਅੱਜ 3 ਤੇ 1 ਹਫ਼ਤਾ ਬਾਕੀ ਆ। ਆਰਾਮ ਨਾਲ 10 ਦਿਨ ਆਰਾਮ ਨਾਲ ਲਿਖੂਗੀ, ਘੱਟੋ ਘੱਟ ਘੱਟ ਤੋਂ ਘੱਟ। ਕੱਦ ਆ ਗਿਆ ਜਿਵੇਂ ਤੁਹਾਨੂੰ ਮੈਂ ਕਹਿਣਾ ਹੁੰਦਾ ਵੀ ਪਿਓਰ ਮੁਰਾ ਦਾ। ਪਿਓਰ ਮੁਰਾ ਐਡੀ ਕੀ ਹੁੰਦੀ ਆ, ਵਾਲੀਆਂ ਬਈ ਆਦੇ ਉੱਚੀਆਂ ਨਹੀਂ ਹੁੰਦੀਆਂ। ਉੱਚੀਆਂ ਵੀ ਹੈਗੀਆਂ ਨੇ, ਹੈਗੀਆਂ ਨੇ ਆਪਣੇ ਕੋਲ। ਹਾਂ, ਕਹਿੰਦੇ ਜਿਆਦਾ ਜੇ ਪਿਓਰਟੀ ਦੀ ਗੱਲ ਕਰ ਲਈ ਐਡੀ ਕੀ ਆਉਂਦੀ ਆ, ਇੱਥੋਂ ਮਾਰਦੇ ਥਣਾ ਦੇ। ਦੂਜੇ ਸੂਏ ਜਮਾ ਜੈਨੂਨ ਦੁੱਧ ਕਿੰਨਾ ਦਿੱਤਾ? 19 ਕਿਲੋ ਆਪਣੇ ਘਰੇ ਦਿੱਤਾ। ਆ ਲੈ ਚੱਲ 19 ਕਿਲੋ। ਹਾਂ, ਇਸ ਵਾਰੀ ਕੀ ਉਮੀਦ ਆ ਫਿਰ? ਇਹ ਕੀ 20 ਪਲੱਸ ਦੀ ਉਮੀਦ ਆ, 20 ਤੋਂ ਬਾਹਰ ਪਰਮਾਤਮਾ ਜਾਣੇ। ਸੂਆ ਤੀਜਾ ਤੀਜਾ ਅਤੇ ਬਾਡੀ ਇਹਦੀ ਐਂ ਲੱਗਦੀ ਆ ਜਿਵੇਂ ਪਹਿਲਾਂ ਝੋਟੀਆਂ ਦੀ ਬਾਡੀ ਹੁੰਦੀ ਆ। ਹਾਂ, ਹੈ ਕੱਟੀਆਂ 'ਚ ਗੱਲ ਕਰੀ ਹੋਈ ਆ ਇਹਦੀ, ਹੈ ਕੱਟੀਆਂ 'ਚ ਆ ਪੈਂਦੀ ਕੱਟੀਆਂ 'ਚ ਤੇ ਇਹਦੀ ਮਾਂ ਦਾ ਜਿਹੜਾ ਰਿਕਾਰਡ ਆ ਇਹਦੀ ਮਾਂ ਦਾ ਦਾ ਦੂਜਾ ਸੂਆ ਤੀ 6 ਦੰਦ। ਹਾਂ, ਮਾਂ ਦਾ ਰਿਕਾਰਡ 24 ਕਿਲੋ ਦਾ। 24 ਕਿਲੋ ਦਾ ਪੈਸੇ ਕਿੰਨੇ ਲਵੇਂਗੇ ਇਹਦੇ? ਇਹਦਾ ਲੈਣ ਦੇਣ 90 ਕਰਾਂਗੇ, 1,90,000। ਉਹਦੇ 'ਚ ਮਾਨਤਾਨ ਕਰਦਾ ਗਿਆ ਤਾਂ ਬੰਦਾ ਆਊ। ਠੀਕ ਹੈ ਗੱਲ, ਮਾਨਤਾਨ ਬਾਈ ਕਹਿੰਦਾ ਕਰਕੇ ਤੋਰਾਂਗੇ ਜਦੋਂ ਵੀ ਸੱਜਣ ਆਊਗਾ। ਤੇ ਘਰੇਲੂ ਕੰਮ ਆ ਬਾਈ ਦਾ, ਕੋਈ ਵਪਾਰ ਦਾ ਕੰਮ ਨਹੀਂ, 1 ਹਫ਼ਤਾ ਦਾ ਪੈਂਡਿੰਗ ਆ। ਤੇ ਹੁਣ ਮਾਰਦੇ ਬਿੱਲੇ ਆ 2 ਨੰਬਰ ਵਾਲੀ, ਤੇ ਪਹਿਲਾਂ ਇਹਦੀ ਵੀ ਆਰਡਰ 'ਚ ਹੀ ਮਾਰਨੀ ਕੈਮਰਾ, ਕਿਉਂਕਿ ਸ਼ੁਰੂਆਤ ਹੀ ਮੇਨ ਫੋਕਸ ਹੀ ਆਰਡਰ ਤੇ ਹੁੰਦਾ ਬਾਈ, ਹੈਨਾ। ਦੋਵਾਂ ਦੀ ਵਧੀਆ ਨੇ, ਆ ਤੋਰ ਦਿਓ। ਇਹਦਾ ਸੂਆ ਵੀ ਤੀਜਾ ਆ ਗਿਆ, ਪਰ ਇਹ ਵੀ ਜੇ ਗੱਲ ਕਰ ਲਈਏ ਜਿਵੇਂ ਆਪਾਂ ਵੀ ਝੋਟੀਆਂ 'ਚ ਹੀ ਪੈਂਦੀ ਆ। ਹਾਂ, ਤੇ ਖੁਰਾਕ ਬਾਈ ਕੀ ਪਾਉਂਦੇ ਆ ਫਿਰ ਇਹਨਾਂ ਨੂੰ, ਜਿਹੜੇ ਹਿਸਾਬ ਨਾਲ ਵਾਢੀਆਂ ਨੇ ਇਹਨਾਂ ਦੀਆਂ? ਖੁਰਾਕ ਖੁੱਲੀ, ਹੈਂ, ਜਿਹੜਾ ਖਾ ਲੈਣਾ। ਠੀਕ ਆ ਗੱਲ, ਕੋਈ ਇਹ ਨਹੀਂ ਹੈਗਾ ਵੀ ਇੰਨਾ ਬੰਨਵਾਂ ਹੀ ਪਾਉਣਾ। ਠੀਕ ਆ ਗੱਲ, ਵੀ ਜਿੰਨਾ ਖਾ ਲੈਣ ਉਹਨਾਂ, ਜ਼ਿਆਦਾ ਦੁੱਧ ਵਾਲੀ ਮੈਂ ਇਹਨੂੰ ਕਹਿੰਦੇ ਵੀ ਫਿਰ ਤੋਲ ਕੇ ਪਾਉਣਾ ਬੰਦ ਕਰ ਦੇਣਾ, ਖੁੱਲੇ ਹੀ ਚੱਲਦਾ ਕੰਮ, ਖੁੱਲੇ ਹੀ ਚੱਲਦਾ। ਇੱਥੋਂ ਦਿਖਾ ਦੀ ਬਿੱਲੇ ਤੋਰਾ ਤੂਰਾ ਮੰਗਰੋ ਮੈਂ ਲਾਉ। ਤੇ ਬਾਡੀ ਇਹਦੀ ਵੀ ਐਂ ਲੱਗੂਗੀ ਜਿਵੇਂ ਛੋਟਾ ਹਾਥੀ ਲਈ ਫਿਰਦੇ ਆਪਾਂ। ਸੂਆ ਤੀਜਾ, ਇਹਦੇ ਦਿਨ ਕਿੰਨੇ ਪੈਂਡਿੰਗ ਨੇ ਭਾਈ? ਇਹਦੇ ਵੀਰੇ ਕੱਲ ਨੂੰ ਪੂਰੇ ਹੋ ਜਾਣਗੇ।
ਕੱਲ ਨੂੰ? ਹਾਂ, ਪਰ 3-4 ਦਿਨ ਉੱਪਰ ਲਓ। ਸੂਣ ਵਾਲਾ ਢੰਗ ਜਿਹਾ ਨਹੀਂ ਲੱਗਦਾ ਕੋਈ, ਹੈ ਨਾ? ਢੰਗ ਨਹੀਂ ਲੱਗਦਾ, ਹਫ਼ਤਾ ਲੈ ਜੂ ਇਹ ਵੀ। ਘੁਮਾ ਦੇ ਇਹਨੂੰ, ਇੱਥੋਂ ਬਾਡੀ ਦਿਖਾ ਦੇ ਪਛਾਣ। ਮੱਝਾਂ ਆਪਣੀਆਂ 15-15 ਦਿਨ ਉੱਪਰ ਲੈਂਦੇ ਆ, ਬਾਕੀ ਕਿਸਮਤ ਆ। ਠੀਕ ਹੈ ਗੱਲ ਆ, ਵੀ ਹਫ਼ਤਾ ਰਵੇ 4 ਦਿਨ ਰਵੇ ਬੰਦਾ ਲਿਜਾਂਦਾ ਹੱਲ ਚੱਲ ਕੇ। ਹਾਂ, ਤੇਲ ਕਿਉਂ ਸਰੋਂ ਦਾ ਰੂਟੀਨ ਨਾਲ ਪੈਂਦਾ? ਠੀਕ ਹੈ ਜੀ, ਸਰੋਂ ਦਾ ਤੇਲ, ਘਿਓ ਵੀ, ਤੇਲ ਵੀ। ਉਹਦੇ ਕੀ ਫਾਇਦੇ ਹੁੰਦੇ ਆ ਬਾਈ? ਬਸ ਆਪੋ ਸੂਣ ਸਾਨੂੰ ਪਸ਼ੂ ਵਧੀਆ ਲੇਵਾ ਵਧੀਆ ਬਣਾਉਂਦਾ, ਦੁੱਧ ਮੂਹਰੇ ਚੰਗਾ ਦਿੰਦਾ, ਜੇ ਖੁਰਾਕ ਚਰਬੀ ਚੜੂ। ਠੀਕ ਹੈ ਗੱਲ, ਆ ਲੈ ਚੱਲ ਇਹਨੂੰ, ਜੇ ਚਰਬੀ ਨੇ ਦੁੱਧ ਕਿੱਥੋਂ ਦੇਊ? ਠੀਕ ਹੈ ਜੀ, ਜੇ ਜ਼ੋਰ ਨਹੀਂ ਹੈਗੇ ਕੁਰਬਾਨ ਭਰੂਗਾ ਕਿਵੇਂ? ਇਹਦਾ ਰਿਕਾਰਡ ਕੀ ਹੈ? ਇਹ 17 ਕਿਲੋ ਦਾ, ਦੂਜੇ ਸੂਏ ਦਾ। ਦੂਜੇ ਦਾ? ਹਾਂ, ਤਕਰੀਬਨ 20-20 ਵਾਲੇ ਨੇ ਤੋਹਫੇ ਦੋਨੇ। ਹਾਂ ਜੀ ਹਾਂ। ਚਵਾਈ ਦੀ ਕਿਵੇਂ ਬਾਈ ਇਹ? ਚਵਾਈਆਂ ਦੋਨਾਂ ਦੀਆਂ ਪੂਰੇ ਪਿਓਰ ਮੋਟੀਆਂ। ਛਰਲਾ ਛਿੱਟਾ ਕੋਈ? ਨਾ ਨਾ, ਕਿਸੇ ਦਾ ਕੁਛ ਨਹੀਂ। ਦੁੱਧ ਦੀ ਗਾਰੰਟੀ ਤਾਂ ਨਹੀਂ ਦਿੰਦਾ, ਛਰਲੇ ਛਿੱਟੇ ਹੀ ਦਾ ਦੇ ਦੇਗਾ। ਗਾਰੰਟੀ ਦਾ ਲੈ ਕੇ ਜਿਹੜਾ ਪਾਸ ਕਰੂ। ਹਾਂ ਠੀਕ ਹੈ, ਪਾਸ ਕਰੂ ਅਗਲਾ। ਠੀਕ ਹੈ, ਨਹੀਂ ਸਰਲੇ ਛਿੱਟੇ ਦਾ ਤਾਂ ਪਤਾ ਹੁੰਦਾ। ਹਾਂ ਹਾਂ, ਕੋਈ ਨਹੀਂ, ਉਹਦੀ ਆਪਣੀ ਗਾਰੰਟੀ ਹੋਊ। ਠੀਕ ਹੈ, ਬਾਕੀ ਉਹ ਪਾਸ ਕਰਾ ਕੇ ਦੇਵਾਂਗੇ। ਹਾਂ, ਉਹ ਪਾਸ ਕਰਕੇ ਲੈ ਜਾਓ, ਹਰੇਕ ਵੀਡੀਓ ਤੁਹਾਨੂੰ ਕਹਿਣਾ ਵੀ ਹੁੰਦਾ ਵੀ ਪਾਸ ਕਰੇ ਬਿਨਾ ਪਸ਼ੂ ਨਾ ਲੈ ਕੇ ਜਾਇਆ। ਹਾਂ, ਇਹਦਾ ਰੇਟ ਬਾਈ? 1.80 ਦੇਵਾਂਗੇ। 1,80,000? ਉਹਦਾ 10 ਵੱਧ ਕਿਵੇਂ? 90? ਉਹਦੀ ਕੁਆਲਿਟੀ ਵੱਧ ਆ, ਦੁੱਧ ਵੱਧ ਆ, ਥੋੜਾ ਜਿਹਾ ਫਰਕ ਹੈ। ਹਾਂ, ਫਰਕ 10,000 ਦਾ ਹੀ ਆ। ਉਹ ਜੇ ਜੋੜਾ ਲੈਣਾ ਕਿਸੇ ਨੇ ਉਹ ਕੱਢ ਲਾਂਗੇ ਆਪਾਂ। ਹਾਂ, ਉਹ ਕੱਢ ਲਾਂਗੇ। ਜੇ ਇਕੱਠਾ ਲਿਜਾਣਾ ਕਿਸੇ ਨੇ, ਉਹਦਾ ਮੁੱਲ ਤਾਂ ਹੁਣ ਜੇ ਵਪਾਰੀ ਆਉਂਦਾ 2.5 ਕਰਾ ਲੈਂਦੇ। ਠੀਕ ਹੈ ਗੱਲ, ਇਹ ਵਪਾਰੀਆਂ ਮੁੱਲ ਨਹੀਂ ਆ, ਮੁੱਲ ਨੇ ਜਿਹੜੇ ਮੁੱਲ ਪਾਈ ਕਹਿੰਦਾ ਲੈਣ ਦੇਣ ਵਾਲੇ ਨੇ। ਤਕਰੀਬਨ 19-20 ਦਾ ਵੱਟਾ ਜਾ, ਵੀ ਜ਼ਿਆਦਾ ਵੱਟਾ ਨਹੀਂ ਹੈਗਾ ਮੁੱਲ 'ਚ। ਜੇ ਮੈਂ ਗੱਲ ਕਰ ਲਾਂ ਵੀ ਜੇ ਤੁਸੀਂ 1.90 ਵਾਲੀ ਕਹੋ ਵੀ 2 ਤੋਂ 1.70 ਦੀ ਆ, 1.5 ਦੀ ਲੈ ਲਾਂਗੇ, ਉਹ ਨਾ 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 ਨਾ। ਉਹ ਤੈਨੂੰ ਕੱਲ ਵੀ ਦੱਸਿਆ ਸੀ ਵੀ ਕੱਲ ਸਾਗਰ ਸੀ ਬਹੁਤ ਸਵੇਰੇ ਖੜਕਦੀ ਆ ਵੀ। ਠੀਕ ਆ, ਦੇ ਨੂੰ ਦੇ ਦਿੰਦੇ ਨਹੀਂ। ਨੰਬਰ ਬੋਲ ਦੇ ਭਾਈ। ਨੰਬਰ ਆਪਣਾ ਹੈਗਾ 99688। ਹਾਂਜੀ, 83804। ਦੁਬਾਰਾ ਫਿਰ ਬੋਲੋ। 99688 83804, ਪਿੰਡ ਬਾਦਸ਼ਾਹਪੁਰ ਮੰਡਿਆਲਾ, ਤਹਿਸੀਲ ਤੇ ਜ਼ਿਲ੍ਹਾ ਮਰੇਲਕੋਟਲਾ। ਇਹਨਾਂ ਦੋਵੇਂ ਝੋਟੀਆਂ ਚੋਂ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ, ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਾਇਓ। ਧੰਨਵਾਦ ਜੀ।